ਪੰਜਾਬੀ ਰੈਪ ਤੂੰ ਰਹਿਣ ਦੇ, ਨਹੀਂ ਬਣਦਾ ਤੂੰ ਰਾਜਾ, ਚੱਕਦਾ ਸਾਡਾ ਸਟੈਟਿਕ ਕਾਪੀ ਕਰਦਾ ਬੋਹੀਮੀਆ ਦੀ ਆਵਾਜ਼ ਦਾ। ਬੋਹੀਮੀਆ ਦਾ ਨਾਮ ਸਾਡੇ ਬਾਰੇ ਗਾਣੇ ਵਿੱਚ ਪਾ ਕੇ ਜਵਾਕਾਂ ਵਾਲੇ ਰਾਇਤੀਆਂ ਖੇਡੀਆਂ ਬੰਦ ਕਰ, ਫੈਨਸ ਨੂੰ ਭੜਕਾਉਣ ਲਈ ਦੂਜਿਆਂ ਦੇ ਨਾਂ ਦਾ ਸਹਾਰਾ ਲੈਣਾ ਛੱਡ। ਤੈਨੂੰ ਵੀ ਪਤਾ ਕਿੰਨਾ ਕੁ ਜੋਗਾ ਤੂੰ, ਬੰਦਾ ਬਣਿਆ ਨੀ ਪੂਰਾ ਅਜੇ ਤੱਕਿਆ ਤੂੰ ਬੀਜ ਨਾਰਾ ਲੰਬੀਆਂ ਤੇਰੇ ਤੋਂ 3 ਫੁੱਟ ਦੀ ਤੂੰ ਚੀਜ਼ ਤੇਰੇ ਮਾਂ ਬਾਪ ਕੋਲੋਂ ਪੂਰੀ ਲੱਗੀ ਨਹੀਂ ਰੀਜ। ਦੋਸਤੋ ਅੱਜ ਅਸੀਂ ਇਸ ਵੀਡੀਓ ਵਿੱਚ ਗੱਲ ਕਰਾਂਗੇ ਸੁਲਤਾਨ ਦੀ, ਜੋ ਕਿ ਬਾਹਰਲੇ ਮੁਲਕ ਵਿੱਚ ਰਹਿੰਦਾ ਇੱਕ ਪੰਜਾਬੀ ਰੈਪਰ ਹੈ ਅਤੇ ਕਿਵੇਂ ਉਹ ਸਿੱਧੂ ਮੂਸੇਵਾਲੇ ਨੂੰ ਅਤੇ ਉਸਦੇ ਸਾਥੀਆਂ ਨੂੰ ਸਰੇਆਮ ਗਾਣਿਆਂ 'ਚ ਗਾਲਾਂ ਕੱਢ ਰਿਹਾ ਹੈ। ਦੋਸਤੋ ਇਹ ਕਿੱਸਾ ਸ਼ੁਰੂ ਹੋਇਆ ਸੀ ਉਦੋਂ ਜਦੋਂ ਸੁਲਤਾਨ ਨੇ ਸਿੱਧੂ ਮੂਸੇਵਾਲੇ ਦੇ ਗਾਣਿਆਂ ਨੂੰ ਖਰੇ ਰਿਪਲਾਈ ਕਰਨੇ ਸ਼ੁਰੂ ਕਰ ਦਿੱਤੇ ਅਤੇ ਸਨੀ ਮੈਲਟੋ 'ਤੇ ਵੀ ਟਿੱਪਣੀਆਂ ਕੀਤੀਆਂ। ਆਓ ਦੇਖਦੇ ਹਾਂ ਇੱਕ ਵਾਰ ਉਹਨਾਂ ਰਿਪਲਾਈਆਂ ਨੂੰ। ਸੁਟੇ ਬੀਬੀ ਕਰਦੇ ਹੋ ਗੀਤਕਾਰੀਆਂ, ਆਈ ਸਾਈਟ ਹੋਈ ਆ ਤੁਹਾਡੀ ਵੀ ਕਬੱਲਿਆ, ਤੈਨੂੰ ਸੁਪਨੇ ਚ ਆ ਕੇ ਜੋ ਡਰਾਉਂਦਾ ਬਾਰ ਬਾਰ, ਪੋਤੇ ਉਹੀ ਆ ਮੈਂ ਸੁਟਾ ਲਾਉਣ ਵਾਲਾ ਗੀਤਕਾਰ, ਬਾਤੇ ਸੀ ਗੋਲੀ ਵੱਜੀ ਪਾਈ ਨੀ ਸਨੈਪ ਮੈਂ, ਅਸੀਂ ਪੱਟੀਆਂ ਦਿਖਾ ਕੇ ਨਹੀਂ ਫੇਮ ਭਾਲਦੇ ਭਾਲਦੇ ਨਹੀਂ ਫੇਮ ਭਾਲਦੇ, ਅਸੀਂ ਨਕਲੀ ਵੀ ਉਹਨਾਂ ਨਹੀਂ ਫੇਮ ਭਾਲਦਾ, ਸਿੱਧੂ ਸਰਦਾਰ ਆ ਇੱਕ ਵਾਰੀ ਹੋਰ, ਇੱਕ ਵਾਰੀ ਹੋਰ ਦੇਖੀ ਕਰ ਦੂੰ ਕਮਾਲ ਤੇਰੇ, ਐਸੀ ਸੱਟ ਮਾਰੂ ਤੇਰੀ ਬਦਲ ਦੂੰ ਚਾਲ, ਤੇਰਾ ਕੱਛੂ ਜਿੰਨਾ ਕੱਦ ਤੇਰੇ ਭਾਲੂ ਜਿਹੇ ਬਾਲ, ਬੇਮਤਲਬੀ ਗੱਲਾਂ ਤੇਰਾ ਲਾਲੂ ਜਿਹਾ ਹਾਲ, ਪੂਰੀ ਆਉਂਦੀ ਨੀ ਪੰਜਾਬੀ ਤੇਰੀ ਬਣਦੀ ਨੀ ਗੱਲ, ਜਦੋਂ ਟੈਲੈਂਟ ਤੇ ਆਵੇ ਤੇਰਾ ਕੋਲ। ਇੰਨਾ ਕੁਛ ਸੁਣਨ ਤੋਂ ਬਾਅਦ ਸਨੀ ਮੈਲਟੋ ਨੇ ਸੁਲਤਾਨ ਨੂੰ ਰਿਪਲਾਈ ਕਰਨ ਦੀ ਸੋਚੀ ਅਤੇ ਉਸਨੇ ਆਪਣੇ ਗਾਣੇ 'ਚ ਕੀ ਕਿਹਾ, ਆਓ ਸੁਣੀਏ ਜ਼ਰਾ। ਤੂੰ ਰਹਿਣ ਦੇ ਪੰਜਾਬੀ ਰੈਪ ਤੂੰ ਰਹਿਣ ਦੇ, ਨਹੀਂ ਬਣਦਾ ਤੂੰ ਰਾਜਾ, ਚੱਕਦਾ ਸਾਡਾ ਸਟੈਟਿਕ ਕਾਪੀ ਕਰਦਾ ਬੋਹੀਮੀਆ ਦੀ ਆਵਾਜ਼ ਦਾ। ਸਨੀ ਮੈਲਟੋ ਦਾ ਇਹ ਗਾਣਾ ਸੁਣ ਕੇ ਸੁਲਤਾਨ ਹੋਰ ਭੜਕ ਉੱਠਿਆ ਅਤੇ ਉਸਨੇ ਆਪਣੇ ਗਾਣਾ ਸੀ ਰਿਲੀਜ਼ ਕਰ ਦਿੱਤਾ, ਜਿਸ ਵਿੱਚ ਉਹ ਕਹਿੰਦਾ ਹੈ ਕਿ ਤੇਰੇ ਬਾਪ ਕੋਲੋਂ ਰੀਝ ਨਹੀਂ ਲੱਗੀ, ਇਸ ਕਰਕੇ ਤੂੰ ਹਜੇ ਬੰਦਾ ਨਹੀਂ ਬਣਿਆ ਪੂਰਾ। ਬੋਹੀਮੀਆ ਦਾ ਨਾਮ ਸਾਡੇ ਬਾਰੇ ਗਾਣੇ ਵਿੱਚ ਪਾ ਕੇ ਜਵਾਕਾਂ ਵਾਲੇ ਰਾਇਤੀਆਂ ਖੇਡੀਆਂ ਬੰਦ ਕਰ, ਫੈਨਸ ਨੂੰ ਭੜਕਾਉਣ ਲਈ ਦੂਜਿਆਂ ਦੇ ਨਾਂ ਦਾ ਸਹਾਰਾ ਲੈਣਾ ਛੱਡ। ਤੈਨੂੰ ਵੀ ਪਤਾ ਕਿੰਨਾ ਕੁ ਜੋਗਾ ਤੂੰ, ਬੰਦਾ ਬਣਿਆ ਨੀ ਪੂਰਾ ਅਜੇ ਤੱਕਿਆ ਤੂੰ ਬੀਜ ਨਾਰਾ ਲੰਬੀਆਂ, ਤੇਰੇ ਤੋਂ 3 ਫੁੱਟ ਦੀ ਤੂੰ ਚੀਜ਼ ਤੇਰੇ ਮਾਂ ਬਾਪ ਕੋਲੋਂ ਪੂਰੀ ਲੱਗੀ ਨਹੀਂ ਰੀਝ, ਨਾ ਗੱਲਾਂ ਗਾ ਕੇ ਰੈਪ ਇੱਕ ਵੀ ਚੜਾਇਆ ਨਾ ਗਿਆ, ਦਮੇ ਆਪਣੇ ਤੇ ਸ਼ੋਅ ਤੈਥੋਂ ਲਾਇਆ ਨਾ ਗਿਆ, ਤੇ ਚੁੰਮ ਚੁੰਮ ਬਣਿਆ ਏ ਨਾਡੂ ਖਾਨ ਤੂੰ, 10 ਸਾਲ ਗੀਤ ਇੱਕ ਵੀ ਚਲਾਇਆ। ਦੋਸਤੋ ਇਹ ਤਾਂ ਸਿਰਫ ਇੱਕ ਛੋਟਾ ਹਿੱਸਾ ਸੀ ਉਸ ਗਾਣੇ ਦਾ, ਜਦਕਿ ਸੁਲਤਾਨ ਨੇ ਆਪਣੇ ਪੂਰੇ ਗਾਣੇ 'ਚ ਹੀ ਉਸਨੂੰ ਸ਼ਰੇਆਮ ਗਾਲਾਂ ਕੱਢੀਆਂ ਹਨ। ਪੂਰਾ ਗਾਣਾ ਸੁਣਨ ਲਈ ਤੁਸੀਂ ਯੂਟਿਊਬ 'ਤੇ ਸਰਚ ਕਰ ਸਕਦੇ ਹੋ ਸੀਡ, ਤੁਹਾਨੂੰ ਵੀਡੀਓ ਉੱਪਰ ਹੀ ਸ਼ੋਅ ਹੋ ਜਾਵੇਗੀ। ਸੋ ਦੋਸਤੋ ਅੱਜ ਲਈ ਇੰਨਾ ਹੀ, ਅਤੇ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਧੰਨਵਾਦ।